ਇਹ ਮੈਂ ਨੋਟ ਕੀਤਾ, ਇਕੱਲਿਆਂ ਚੌਂਕੜਾ ਮਾਰ ਕੇ ਕਦੀ ਤੁਸੀਂ ਘੰਟਾ ਕਹੋ ਮੈਂ ਵਾਹਿਗੁਰੂ ਵਾਹਿਗੁਰੂ ਜਪਣਾ ਅਤੇ 8 ਵਾਰੀ ਘੜੀ ਵੇਖਦੇ ਹਾਂ ਘੰਟਾ ਮੁੱਕਿਆ ਕਿ ਨਹੀਂ। ਅਤੇ ਸੰਗਤ ਵਿੱਚ ਹੁਣ ਜਿਵੇਂ ਹਨੇਰਾ ਸ਼ੁਰੂ ਹੋ ਗਿਆ ਅਤੇ ਅੰਦਰੋਂ ਤੁਸੀਂ ਸਾਰੇ ਹੀ ਕਹਿ ਰਹੇ ਹੋ ਅਜੇ ਨਾ ਹੋਵੇ ਹੱਕ ਸਤਨਾਮ, ਇਹ ਟਾਈਮ ਲੰਬਾ ਹੋ ਜਾਵੇ, ਘੜੀਆਂ ਪਿੱਛੇ ਹੋ ਜਾਣ। ਸੰਗਤ ਵਿੱਚ ਉਹ ਵਸਦਾ ਹੈ, ਇਹਨੂੰ ਗੁਰੂ ਨਾਨਕ ਸਾਹਿਬ ਨੇ ਸਹਿਜ ਯੋਗ ਕਿਹਾ ਹੈ। ਸਹਿਜ ਯੋਗ ਇੱਕ ਹੱਠ ਯੋਗ ਹੈ, ਨਦੀ ਤਰ ਕੇ ਪਾਰ ਕਰਨੀ ਔਖੀ ਹੈ। ਇੱਕ ਹੈ ਸ਼ਕਤੀਆਂ, ਸ਼ਕਤੀਆਂ ਇਕੱਠੀਆਂ ਕੀਤੀਆਂ ਅਤੇ ਚੌਂਕੜਾ ਮਾਰਿਆ ਪਾਣੀ 'ਤੇ। ਬਾਬਾ ਨਾਨਕ ਕਹਿੰਦੇ ਦੋਵੇਂ ਕੰਮ ਔਖੇ ਨੇ, ਕਲਯੁੱਗ 'ਚ ਇੰਨੀ ਮਿਹਨਤ ਕੌਣ ਕਰੇਗਾ। ਇਹ ਸਹਿਜ ਯੋਗ ਚਲਾ ਤਾ ਸੰਗਤ, ਸਹਿਜ ਯੋਗ ਏ। ਸਹਿਜ ਯੋਗ ਕੀ ਹੈ? ਨਾ ਨਦੀ ਤਰ ਕੇ ਪਾਰ ਕਰਨ ਦੀ ਲੋੜ ਏ, ਨਾ ਸ਼ਕਤੀ ਨਾਲ ਚੌਂਕੜਾ ਮਾਰ ਕੇ ਕਰਨ ਦੀ ਲੋੜ ਏ। ਗੁਰੂ ਨਾਨਕ ਕਹਿੰਦੇ ਮੈਂ ਤੈਨੂੰ ਉੱਤੇ ਪੁੱਲ ਪਾ ਦਿੰਦਾ, ਇਹ ਪੁੱਲ ਹੈ, ਸੌਖਾ ਕੰਮ, ਪੁੱਲ 'ਤੇ ਚੜ੍ਹ ਜਾ ਪਾਰ। ਇਹ ਸਤਸੰਗਤ ਦਾ ਪੁੱਲ ਏ, ਸਾਡੀ ਕਿਤੇ ਬਦਲੀ ਵੀ ਹੋ ਜਾਏ ਦੇਸ਼ ਵਿਦੇਸ਼ ਵਿੱਚ, ਸਾਡੀ ਕਿਤੇ ਨੌਕਰੀ ਦੀ ਬਦਲੀ, ਕੋਈ ਹੋਰ ਅਨਪਾਣੀ ਜਿੱਥੇ ਜਿੱਥੇ ਲਿਖਿਆ ਹੋਵੇ, ਕਈ ਵਾਰੀ ਫਿਰ ਲੈ ਜਾਂਦਾ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਕਿਤੇ ਬਦਲੀ ਵੀ ਹੋ ਜਾਏ, ਅਨਪਾਣੀ ਕਿਤੇ ਹੋਰ ਵੀ ਲੈ ਚਲਾ ਜਾਵੇ ਲੈ ਕੇ, ਪਰ ਇੱਕ ਯਤਨ ਕਰਿਓ, ਸਤ ਸੰਗਤ ਨਾ ਛੱਡਣੀ। ਸਤ ਸੰਗਤ ਨਾ ਛੱਡਣੀ, ਅਖੀਰਲੇ ਸਵਾਸਾਂ ਤੱਕ ਵੀ ਸਤ ਸੰਗਤ ਨਾ ਛੱਡਣੀ। ਇਹ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਜੇ, ਰੱਬ ਨੇ ਬਣਾਏ ਕਰਮ, ਰੱਬ ਨੇ ਬਣਾਏ ਕਰਮ ਆ ਤੇਰੇ ਕਰਮਾਂ 'ਚ, ਪਰ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਸੰਗਤ 'ਚ ਇੰਨੀ ਤਾਕਤ ਹੈ ਕਿ ਸੰਗਤ ਕੰਮ ਜਾਇਜ਼ ਹੋਵੇ, ਪ੍ਰਸੰਨਤਾ 'ਚ ਆ ਕੇ ਅਰਦਾਸ ਕਰ ਦੇਵੇ ਅਤੇ ਇਹ ਕਰਮ ਮਾੜੇ ਮਿਟਾਉਣ ਵਾਲੀ ਮਸ਼ੀਨ ਹੈ ਸੰਗਤ ਜਿਹੜੀ। ਆਪਣੀ ਜ਼ਿੰਦਗੀ 'ਚ ਸ਼ਹੀਦਾਂ ਜਾਓ, ਦਰਬਾਰ ਸਾਹਿਬ ਜਾਓ, ਜਿੱਥੇ ਵੀ ਜਾਓ ਕੋਸ਼ਿਸ਼ ਕਰਿਓ, ਜਿੰਨਾ ਮਰਜ਼ੀ ਰਸ਼ ਹੋਵੇ ਪਰ ਮੈਂ ਕਿਸੇ ਨੂੰ ਧੱਕਾ ਨਾ ਮਾਰਦਾ, ਕਿਸੇ ਦਾ ਦਿਲ ਨਾ ਤੋੜਦਾ, ਸੰਗਤ 'ਚ ਵਸਦਾ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਲੱਭਣਾ ਹੀ ਤੇ ਲੱਭ ਲੈ, ਸੰਗਤ ਦੀ ਖੁਸ਼ੀ ਲੈ, ਦਿਨ ਰਾਤ ਸੋਚ ਵੀ ਮੈਨੂੰ ਸੰਗਤ ਦੀ ਖੁਸ਼ੀ ਕਿਵੇਂ ਮਿਲੇ। ਜਦੋਂ ਤੂੰ ਸੰਗਤ ਦੀ ਖੁਸ਼ੀ ਲੈ ਲੇਗਾ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇਹ ਵੀ ਮੇਰੇ ਦਰਸ਼ਨ ਨੇ, ਇਹ ਮੇਰੀ ਖੁਸ਼ੀ ਹੈ। ਗੁਰੂ ਨਾਨਕ ਧੰਨ ਧੰਨ, ਗੁਰੂ ਨਾਨਕ ਹਰੀ ਸੰਗਤ ਧੰਨ।